ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਿਮਾਨ ਤੇ ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ। ਅਕਸਰ ਸੋਸ਼ਲ ਮੀਡੀਆ ਤੇ ਕਈ ਪ੍ਰਕਾਰ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿੱਥੇ ਕਿ ਨੌਜਵਾਨ ਅਲੱਗ-ਅਲੱਗ ਤਰ੍ਹਾਂ ਦੇ ਸਟੰਟ ਕਰਦੇ ਨਜ਼ਰ ਆਉਂਦੇ ਨੇ, ਪਰ ਅੱਜ ਇਹ ਬਿਮਾਰੀ ਆ ਜੋ ਉਹ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਲੱਗ ਚੁੱਕੀ ਹੈ। ਦੱਸਦੇ ਹਾਂ ਕਿ ਹੁਣੇ-ਹੁਣੇ ਅਸੀਂ ਕਿਸੇ ਕੰਮ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਕੁਝ ਵਿਦਿਆਰਥੀ ਮਿਲੇ, ਸਕੂਲ ਦੇ ਵਿਦਿਆਰਥੀ। ਪਹਿਲੀ ਗੱਲ ਤਾਂ ਸਕੂਲ ਖੁੱਲ੍ਹੇ ਬੜੇ ਸਮਿਆਂ ਬਾਅਦ ਨੇ, ਅਤੇ ਜੇਕਰ ਵਿਦਿਆਰਥੀ ਆ ਜਾ ਰਹੇ ਨੇ ਤਾਂ ਉਹ ਸੜਕਾਂ 'ਤੇ ਸਟੰਟ ਕਰਕੇ ਆ ਜਾ ਰਹੇ ਨੇ। ਸੋ ਵੀਡੀਓ ਤੁਹਾਨੂੰ ਦਿਖਾਵਾਂਗੇ, ਉਸ ਤੋਂ ਪਹਿਲਾਂ ਤੁਹਾਨੂੰ ਉਹਨਾਂ ਵਿਦਿਆਰਥੀਆਂ ਦੇ ਨਾਲ ਮਿਲਾ ਦਿੰਦੇ ਹਾਂ ਕਿ ਆਖਿਰ ਕੌਣ ਸੀ ਉਹ ਵਿਦਿਆਰਥੀ। ਆ ਜਾਓ, ਮਾਸਕ ਲਾ ਦਿਓ। ਹਾਂਜੀ, ਕੀ ਨਾਮ ਬੇਟਾ ਤੁਹਾਡਾ? ਨੀਰਜ। ਨੀਰਜ, ਹਾਂਜੀ, ਕਿਹੜੇ ਸਕੂਲ 'ਚ ਪੜ੍ਹਦੇ ਹੋ? ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਪੁੱਡਾ। ਰਾਮਗੜ੍ਹ ਪੁੱਡਾ, ਆਪਣੇ ਸਾਥੀਆਂ ਨੂੰ ਵੀ ਬੁਲਾ ਲਓ। ਆ ਜਾ ਬਿੱਟੂ, ਕਿਸ਼ੋਰ ਆਈ ਬਾਈ, ਆ ਜਾਓ ਡਰਾਈਵਰ ਜੀ, ਰਾਹੁਲ ਸਾਹਿਬ ਆਓ, ਆ ਜਾਓ ਸਰ। ਇੱਕ ਵਾਰੀ ਕੈਮਰਾ ਘੁਮਾ ਕੇ ਜ਼ਰਾ ਡਰਾਈਵਰ ਸਾਹਿਬ 'ਤੇ ਨਜ਼ਰ ਮਰਵਾ ਦਿਓ, ਜਿਨ੍ਹਾਂ ਨੇ ਜੋਖਮ ਲਿਆ। ਕਿੰਨੀ ਉਮਰ ਹੈ ਤੁਹਾਡੀ? 16 ਵੀ ਨਹੀਂ ਹੈ ਜੀ। 16 ਵੀ ਨਹੀਂ ਹੈਗੀ। ਨਾਮ ਕੀ ਹੈ ਤੁਹਾਡਾ? ਰਾਹੁਲ। ਮਾਸਕ ਲਾ ਦਿਓ। ਤਾਂ ਲਗਾਈ ਹੋਇਆ। ਨਹੀਂ ਨਹੀਂ ਲਾ ਦਿਓ। ਲਾ ਗਿਆ ਮਤਲਬ ਨੀਚੇ ਰੱਖ ਦਿਓ। ਹਾਂ ਨੀਚੇ ਲਾ। ਕੀ ਕੰਮ ਕੀ ਕਰਦੇ ਹੋ ਤੁਸੀਂ? ਮੈਂ ਸ਼ੌਪ ਹੈ ਜੀ। ਸ਼ੌਪ ਹੈ, ਤੇ ਤੁਸੀਂ ਇਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਜੋਖਮ ਦੇ ਵਿੱਚ ਕਿਉਂ ਪਾਇਆ? ਬੱਚੇ ਨਹੀਂ ਹੈ, ਦੋਸਤ ਨੇ ਤੁਹਾਡੇ, ਤੇ ਜੋਖਮ ਦੇ ਵਿੱਚ ਕਿਉਂ ਪਾਇਆ ਉਹਨਾਂ? ਜੋਖਮ ਨਹੀਂ, ਉਹੀ ਨਹੀਂ ਸੁਧਰਤਾ ਤਾਂ ਮੈਂ ਕਿਆ ਕਰੂੰ ਜੀ। ਨਹੀਂ, ਚਲਾ ਤਾਂ ਤੁਸੀਂ ਰਹੇ ਸੀ, ਤੁਸੀਂ ਮਨਾ ਵੀ ਕਰ ਸਕਦੇ ਸੀ ਵੀ। ਮੈਂ ਕਿਆ ਕਰੂੰਗਾ ਜੀ, ਉਹ ਜ਼ਬਰਦਸਤੀ ਬੈਠ ਜਾਏਗਾ ਤਾਂ ਮੈਂ ਤਾਂ ਬੋਲਿਆ ਤਾਂ ਇੱਕ ਜਣੇ ਕੋਲ ਲੈ ਜਾਊਂਗਾ, ਇਹ ਬੋਲਿਆ ਤਿੰਨੋਂ ਪੰਜ ਹੋ ਕੇ ਲੈ ਚਲੋ। ਮਨਾ ਵੀ ਕਰ ਸਕਦੇ ਸੀ ਵੀ ਤੂੰ ਇੱਦਾਂ ਨਾ ਬੈਠ, ਮੈਂ ਜਾਣਾ ਨਹੀਂ, ਮੈਂ ਲੈ ਕੇ ਨਹੀਂ ਜਾਂਦਾ, ਤੁਸੀਂ ਚਾਬੀ ਕੱਢ ਸਕਦੇ ਸੀ। ਉਹੀ ਚਾਬੀ ਕੱਢ ਕੇ ਲੈ ਗਿਆ ਤਾਂ ਮੈਂ ਕਿਹਾ ਕਿਆ? ਚਲਾ ਤਾਂ ਤੁਸੀਂ ਰਹੇ ਸੀ। ਉਸਨੇ ਹੀ ਚਾਬੀ ਬੰਦ ਕੀਤੀ, ਉਸ ਪੁੱਛ ਲਏਗਾ ਰੀ, ਕੋਈ ਟੈਨਸ਼ਨ ਨਹੀਂ ਹੈ ਮੇਰੇ ਕੋਲ। ਚਲਾ ਤਾਂ ਤੁਸੀਂ ਰਹੇ ਸੀ? ਹਾਂ ਚਲਾ, ਮੇਰਾ ਹੈਂਡਲ ਤਾਂ ਜੀ। ਹਾਂ, ਫਿਰ ਤੁਸੀਂ ਰੋਕਿਆ ਕਿਉਂ ਨਹੀਂ ਉਸ ਟਾਈਮ ਜਦ ਹੈਂਡਲ ਤੁਹਾਡੇ ਹੱਥ 'ਚ ਸੀ, ਤੇ ਤੁਸੀਂ ਰੋਕਿਆ ਕਿਉਂ ਨਹੀਂ? ਕਾਫੀ ਪਿੱਛੇ ਤੋਂ ਅਸੀਂ ਤੁਹਾਡੇ ਪਿੱਛੇ ਆ ਰਹੇ ਹਾਂ, ਤੁਹਾਨੂੰ ਵੀ ਪਤਾ ਆ। ਹਾਂਜੀ, ਕਾਫੀ ਲੰਬਾ ਸਮਾਂ ਤੁਸੀਂ ਆਏ ਹੋ ਔਰ ਬੜੀ ਤੇਜ਼ੀ ਨਾਲ ਆ ਰਹੇ ਸੀਗੇ। ਆਰਾਮ ਸੇ ਹੀ ਤੇਜ਼ੀ, 20 ਕਿਮੀ ਸਪੀਡ। ਮੈਨੂੰ ਤਾਂ ਬਹੁਤ ਤੇਜ਼ ਆਉਣਾ ਪਿਆ ਤੁਹਾਡੇ ਪਿੱਛੇ ਆਉਣ ਤੱਕ। ਉਹ ਆ ਪਤਾ ਨਹੀਂ। ਹਾਂ ਬੇਟਾ, ਹੁਣ ਦੱਸੋ ਕਿਹੜੇ ਸਕੂਲ 'ਚੋਂ? ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਪੁੱਡਾ। ਸ਼ਕਲਾਂ ਦਿਖਾ ਦਿਓ ਆਪਣੀਆਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਪੁੱਡਾ। ਤੇ ਸਕੂਲ 'ਚ ਆਹੀ ਕੁਛ ਸਿਖਾਉਂਦੇ ਆ ਤੁਹਾਨੂੰ? ਜੀ ਨਾ ਜੀ। ਤੇ ਕਿੱਥੋਂ ਸਿੱਖਿਆ ਤੁਸੀਂ? ਕਿਉਂ ਇੰਨਾ ਆਪਣੀ ਜਾਨ ਨੂੰ ਜੋਖਮ 'ਚ ਪਾ ਰਹੇ ਹੋ? ਕੀ ਤੁਹਾਨੂੰ ਆਪਣੇ ਭਵਿੱਖ ਦੀ ਬਿਲਕੁਲ ਪਰਵਾਹ ਨਹੀਂ ਹੈ? ਜੀ ਹੈਗੀ ਆ। ਬੈਠਾ ਕੌਣ ਸੀ? ਮੂਹਰੇ ਕੌਣ ਬੈਠਾ ਸੀ? ਜੀ ਅੱਗੇ, ਐਕਟਿਵ ਦੇ ਅੱਗੇ ਜੀ ਮੈਂ ਹੀ ਬੈਠਾ ਸੀ। ਤੁਸੀਂ ਉਹ ਬੈਠੇ? ਹਾਂਜੀ। ਤੇ ਤੁਹਾਨੂੰ ਡਰ ਨਹੀਂ ਲੱਗਿਆ ਬੈਠਣ ਤੋਂ ਪਹਿਲਾਂ? ਲੱਗਿਆ ਸੀ ਜੀ, ਯਾਰ ਦੋਸਤ ਨੇ ਜੀ, ਮੈਨੂੰ ਲੱਗਿਆ ਸੀ ਆਰਾਮ ਨਾਲ ਚਲਾਓ ਬਹੁਤ ਜੀ। ਉੱਥੇ ਕਿਹਨੇ ਤੁਹਾਨੂੰ ਕਿਹਾ ਸੀ ਉੱਥੇ ਬੈਠਣ ਨੂੰ? ਨਹੀਂ ਕਿਸੇ ਨੇ ਨਹੀਂ ਕਿਹਾ। ਕਿਸੇ ਨੇ ਨਹੀਂ ਕਿਹਾ? ਆਪਣੀ ਮਰਜ਼ੀ ਨਾਲ ਬੈਠੇ ਸੀ? ਹਾਂਜੀ। ਪਰ ਕੀ ਮਿਲਿਆ, ਕੀ ਹੈ ਉੱਥੇ ਬੈਠ ਕੇ? ਜੀ ਕੁਝ ਨਹੀਂ। ਫਿਰ ਤੁਸੀਂ ਆਪਣੀ ਜਾਨ ਨੂੰ ਜੋਖਮ 'ਚ ਵੀ ਪਾਇਆ, ਤੁਸੀਂ ਡਿੱਗ ਵੀ ਸਕਦੇ ਸੀ, ਤੁਹਾਡੇ ਸੱਟਾਂ ਵੀ ਲੱਗ ਚੱਕਦੀਆਂ ਸੀ। ਜੇਕਰ ਲੱਗ ਜਾਂਦੀ ਫਿਰ ਕੀ ਹੁੰਦਾ? ਜੀ ਫਿਰ ਯਾਰ ਦੋਸਤ ਨੇ ਜੀ ਚੱਕ ਲੈ ਜਾਣਾ ਸੀ, ਹੋਰ ਯਾਰ ਦੋਸਤਾਂ ਨੇ ਚੱਕ ਕੇ ਲੈ ਜਾਣਾ। ਹਾਂਜੀ। ਤੇ ਜੇ ਕੋਈ ਮੇਜਰ ਇੰਜਰੀ ਆ ਜਾਂਦੀ, ਕੋਈ ਲੱਤ ਬਾਹਰ ਤੁਹਾਡੀ ਹਮੇਸ਼ਾ ਦੇ ਲਈ ਟੁੱਟ ਜਾਂਦੀ, ਤੁਹਾਡੇ ਚਿਹਰੇ 'ਤੇ ਸੱਟ ਲੱਗ ਜਾਂਦੀ, ਸਿਰ 'ਤੇ ਲੱਗ ਜਾਂਦੀ, ਫਿਰ ਇਹ ਯਾਰ ਦੋਸਤ ਕੀ ਕਰਦੇ? ਜੀ ਪਤਾ ਨਹੀਂ ਜੀ ਇਹਨਾਂ ਦਾ ਤਾਂ ਫਿਰ ਜੀ ਲੈ ਕੇ ਜਾਂਦੇ ਜੀ ਜੀ ਹੋਸਪਿਟਲ, ਹੋਰ ਕੀ ਕਰਨਾ ਸੀ ਇਹਨਾਂ ਨੇ। ਬੇਟਾ ਤੁਹਾਨੂੰ ਪਤਾ ਹੈ ਕਿ ਇਹਦੇ ਨਾਲ ਸਿਰਫ ਤੁਹਾਡੀ ਜਾਨ ਹੈ ਜੋਖਮ 'ਚ ਨਹੀਂ ਪਈ, ਜਿਹੜੀਆਂ ਸਵਾਰੀਆਂ ਹੋਰ ਆ ਰਹੀਆਂ ਸੀ ਉਹ ਵੀ ਦੁਰਘਟਨਾ ਦਾ ਸ਼ਿਕਾਰ ਹੋ ਸਕਦੀਆਂ ਸੀ। ਜੀ ਸਰ, ਆਪਣੀ ਗਲਤੀ ਮੰਨਦੇ ਹੋ? ਜੀ ਹਾਂਜੀ। ਆਪਣੇ ਸਾਥੀਆਂ ਦੇ ਨਾਲ ਰਾਬਤਾ ਕਰਾ ਦਿਓ, ਕੌਣ ਕੌਣ ਨੇ ਤੁਹਾਡੇ ਸਾਥੀ, ਕੀ ਨਾਂ ਨੇ ਇਹਨਾਂ ਦੇ? ਕੀ ਨਾਂ ਬੇਟਾ ਤੁਹਾਡਾ? ਜੀ ਰਾਜਾ। ਰਾਜਾ, ਰਾਜਾ ਆਪਨੇ ਰੋਕਾ ਨਹੀਂ ਇਨਕੋ? ਜੀ ਮੈਂ ਤਾਂ ਰੋਕਿਆ ਤਾ ਜੀ, ਇਹ ਖੁਦ ਬੈਠ ਗਿਆ। ਆਪ ਹੀ ਉਤਰ ਜਾਤੇ? ਜੀ ਮੈਂ ਤਾਂ ਪਿੱਛੇ ਬੈਠਾ ਸੀ। ਆਪ ਉਤਰ ਤੋਂ ਸਕਤੇ ਥੇ? ਜੀ। ਆਪਕਾ ਕਿਆ ਨਾਮ ਹੈ? ਬਿੱਟੂ। ਚਿਹਰਾ ਦਿਖਾ ਦੀਜੀਏ। ਬਿੱਟੂ ਕਿਸ ਕਲਾਸ ਮੇਂ ਹੋ? 9th। 9th ਹੈ? ਯੇ ਸਟੰਟ ਕਿਉਂ ਕਰ ਰਹੇ ਥੇ?
स्टैंड नहीं कर रहे थे हम तो जा रहे थे घर छुट्टी होने के बाद। अगर तुहाडे सट लग जांदी तुहाडे सट लग जांदी तुहाडे मापिया ने किनू जिम्मेदार मनना सी तुहानू मनना सी के जिहदे च तुहाडी टक्कर हुंदी उहनां नू मनना सी जे हमें मानते फिर क्यों अजे काम करदे हो की मिलदा है अजे काम करके। पहली बार वो जा रहे थे आगे दोस्त यार लेने तो ਤੁਸੀਂ ਪਹਿਲੀ ਗੱਲ ਤਾਂ ਤੁਸੀਂ ਟ੍ਰੈਫਿਕ ਦੇ ਨਿਯਮਾਂ ਨੂੰ ਤੋੜ ਰਹੇ ਹੋ ਨਾ ਤੁਹਾਡੇ 'ਚੋਂ ਕਿਸੇ ਕੋਲ ਕੋਈ ਹੈਲਮਟ ਹੈ ਦੂਸਰਾ ਤੁਸੀਂ ਚਾਰ ਬੰਦੇ ਇੱਕ ਵਾਹੀਕਲ 'ਤੇ ਬੈਠ ਕੇ ਜਾ ਰਹੇ ਹੋ ਇਸ ਗੱਲ ਦਾ ਇਲਮ ਹੈ ਤੁਹਾਨੂੰ ਕੋਈ ਜਵਾਬ ਨਹੀਂ ਹੈ ਸੋ ਲੋਕਲ ਨਾਗਰਿਕ ਨੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਆ ਰਹੇ ਸੀ ਇਹ ਬੱਚੇ ਹਾਂਜੀ ਹਾਂਜੀ ਸਰ ਇਹਨੇ ਗਲਤ ਹੀ ਆ ਰਹੇ ਸੀਗੇ ਚਾਰ ਜਣੇ ਇੱਕ ਇਹਨਾਂ ਮੂਹਰੇ ਲੱਦਿਆ ਹੋਇਆ ਸੀਗਾ ਇਹਨਾਂ ਦੇ ਸੱਟ ਵੀ ਲੱਗਣ ਦਾ ਡਰ ਹੈ ਕਿਉਂਕਿ ਇੱਥੇ ਹੰਪ ਬਹੁਤ ਨੇ ਐਕਸੀਡੈਂਟ ਵੈਸੇ ਹੀ ਬਹੁਤ ਹੁੰਦੇ ਨੇ ਇਸ ਕਰਕੇ ਨਾ ਮੰਨ ਲਓ ਵੀ ਇਹਨਾਂ ਨੂੰ ਬੱਚਿਆਂ ਨੂੰ ਤਾਂ ਇੰਨਾ ਚਲੋ ਨਹੀਂ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਨਾ ਵੀ ਸਕੂਲ ਪੜ੍ਹਨ ਆਉਣਾ ਵੈਸੇ ਤਾਂ ਤੁਰਕੀ ਚੱਲ ਜਾਣਾ ਐਡੀ ਕੋਈ ਦੂਰ ਵਾਲੀ ਗੱਲ ਨਹੀਂ ਹੈਗੀ ਤੁਰਨਾ ਵੀ ਬਹੁਤ ਵਧੀਆ ਗੱਲ ਹੈ ਪਰ ਇਹ ਤਾਂ ਵੈਸੇ ਹੀ ਬਾਲੇ ਗਲਤ ਸੀਗੇ ਇੱਕ ਬੰਦਾ ਮੂਹਰੇ ਬੈਠਾ ਸੀਗਾ ਅਤੇ ਦੋ ਤਿੰਨ ਮਗਰ ਸੀਗੇ ਚਾਰ ਜਣੇ ਸੀਗੇ ਇਹਨਾਂ ਦਾ ਡਰਾਈਵਰ ਵੀ ਹੈਵੀ ਸੀਗਾ ਜਿਹੜਾ ਭੱਜ ਗਿਆ ਹੁਣ ਅਤੇ ਇਹਨਾਂ ਵਾਸਤੇ ਗਲਤ ਹੀ ਹੈ ਜੀ ਟ੍ਰੈਫਿਕ ਰੂਲ ਤੋੜ ਰਹੇ ਹੈ ਬਾਕੀ ਇੱਥੇ ਹੰਪ ਨੇ ਦੇਖੋ ਜੀ ਅਤੇ ਕੋਈ ਇੰਨਾ ਸੜਕ ਵੀ ਆਪਣੇ ਟੋਏ ਟੂਏ ਨੇ ਕਿਸੇ ਦੇ ਵੀ ਚੋਟ ਲੱਗ ਸਕਦੀ ਹੈ ਹੈ ਨਾ ਜੀ ਸੋ ਕੀ ਲੱਗਦਾ ਕਿ ਹੁਣ ਕੀ ਕਰਨਾ ਚਾਹੀਦਾ ਬੱਚਿਆਂ ਦੇ ਨਾਲ ਗੱਲਬਾਤ ਕਰ ਗੱਲਬਾਤ ਹੋ ਚੁੱਕੀ ਹੈ ਇਹਨਾਂ ਦੇ ਮਾਪਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿ ਸਕੂਲ ਪ੍ਰਸ਼ਾਸਨ ਨੂੰ ਜ਼ਿੰਮੇਦਾਰ ਉਠਾਈਏ ਪੜ੍ਹਾਈ ਤਾਂ ਪਹਿਲਾਂ ਵੀ ਨਹੀਂ ਚੱਲ ਰਹੀ ਸੀ ਅਤੇ ਹੁਣ ਜਦ ਇਹ ਸਕੂਲ ਆ ਜਾ ਰਹੇ ਨੇ ਤਾਂ ਆਹ ਕੁਛ ਕਰ ਰਹੇ ਨੇ ਇਹ ਤਾਂ ਹੈਗਾ ਜੀ ਗਲਤੀ ਕਰ ਰਹੇ ਨੇ ਮੰਨ ਲਓ ਸਕੂਲ ਤਾਂ ਹੁਣ ਖੁੱਲ੍ਹੇ ਨੇ ਪਹਿਲਾਂ ਘਰ ਹੀ ਸੀਗੇ ਹੈ ਨਾ ਪੜ੍ਹਾਈ ਮਸਾਂ ਇਹਨੂੰ ਪੜ੍ਹਨਾ ਚਾਹੀਦਾ ਇਹਨਾਂ ਨੂੰ ਵੱਧ ਤੋਂ ਵੱਧ ਅਤੇ ਕਿੱਥੇ ਇਹ ਇੱਥੇ ਹਰਕਤਾਂ ਕਰਦੇ ਫਿਰਦੇ ਮਤਲਬ ਸਕੂਲ ਸਕਾਲ ਵੀ ਨਹੀਂ ਗਏ ਹੋਣੇ ਜੀ ਇਹ ਪੇਪਰ ਹੋ ਰਿਹਾ ਪੇਪਰ ਹੋ ਰਿਹਾ ਜੀ ਹੈਂ ਗਲਤ ਆ ਜੀ ਦੇਖੋ ਆਪਾਂ ਦੇਖਦੇ ਹਾਂ ਹੈ ਨਾ ਜੀ ਐਕਸੀਡੈਂਟ ਤਾਂ ਵੈਸੇ ਹੀ ਵੱਧ ਹੋਈ ਜਾਂਦੇ ਆ ਸੋ ਵੱਡੇ ਸਵਾਲ ਖੜ੍ਹੇ ਹੁੰਦੇ ਨੇ ਸਕੂਲ ਤੋਂ ਵਿਦਿਆਰਥੀ ਆ ਰਹੇ ਨੇ ਹਾਲਾਂਕਿ ਜ਼ਿੰਮੇਦਾਰੀ ਸਕੂਲ ਦੀ ਵੀ ਉੱਥੇ ਹੀ ਨਹੀਂ ਮੁੱਕ ਜਾਂਦੀ ਕਿ ਬੱਚੇ ਆਉਂਦੇ ਨੇ ਚਲੇ ਜਾਂਦੇ ਨੇ ਕਿਉਂਕਿ ਇੱਕ ਅਦਾਰੇ ਦੇ ਵਿੱਚ ਪੜ੍ਹਨ ਜਾਂਦੇ ਨੇ ਪਰ ਹਰਕਤਾਂ ਤੁਸੀਂ ਦੇਖੀਆਂ ਕਿ ਕਿਸ ਤਰ੍ਹਾਂ ਹੁੱਲੜਬਾਜ਼ੀ ਚੱਲ ਰਹੀ ਸੀ ਰੋਡ ਦੇ ਉੱਤੇ ਸਿਰਫ ਇਹਨਾਂ ਲੋਕਾਂ ਦੇ ਹੀ ਸੱਟ ਨਹੀਂ ਲੱਗਣੀ ਸੀ ਇਹਨਾਂ ਵਿਦਿਆਰਥੀਆਂ ਦੇ ਜੋ ਸਾਡੇ ਦੇਸ਼ ਦਾ ਭਵਿੱਖ ਨੇ ਆਪਣੇ ਪਰਿਵਾਰ ਦਾ ਵੀ ਭਵਿੱਖ ਨੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦਾ ਭਵਿੱਖ ਨੇ ਅਤੇ ਇਹਨਾਂ ਦੇ ਬਹੁਤ ਹੀ ਬੁਰੀ ਸੱਟ ਵੱਜ ਸਕਦੀ ਸੀ ਅਤੇ ਇਸੇ ਤਰ੍ਹਾਂ ਉਹਨਾਂ ਦੇ ਵੀ ਸੱਟ ਵੱਜ ਸਕਦੀ ਸੀ ਜਿਨ੍ਹਾਂ ਦੇ ਨਾਲ ਇਹਨਾਂ ਦੀ ਟੱਕਰ ਹੋ ਸਕਦੀ ਸੀ ਜੋ ਵੱਡਾ ਹਾਦਸਾ ਅੱਜ ਹੁੰਦਾ ਹੁੰਦਾ ਬਚ ਗਿਆ ਪਰ ਬਹੁਤ ਹੀ ਵੱਡੀ ਕੁਤਾਹੀ ਹੈ ਸਾਡੇ ਨੌਜਵਾਨਾਂ ਦੀ ਸਾਡੇ ਇਹਨਾਂ ਛੋਟੇ ਭਰਾਵਾਂ ਦੀ ਪਰ ਕਿਤੇ ਨਾ ਕਿਤੇ ਜ਼ਰੂਰ ਹੈ ਜਾਗਰਿਤੀ ਲਿਆਉਣ ਦੀ ਸੋ ਆਪਣੇ ਬੱਚਿਆਂ ਨੂੰ ਸਮਝਾਓ ਆਪਣੇ ਆਸੇ ਪਾਸੇ ਦੇ ਜੇਕਰ ਬੱਚੇ ਅਜਿਹੀਆਂ ਹਰਕਤਾਂ ਕਰਦੇ ਆ ਤਾਂ ਉਹਨਾਂ ਨੂੰ ਵੀ ਸਮਝਾਓ ਅਤੇ ਰੋਕੋ ਕਿ ਅਜਿਹੀਆਂ ਹਰਕਤਾਂ ਦੇ ਨਾਲ ਆਪਣੇ ਭਵਿੱਖ ਨੂੰ ਬਰਬਾਦ ਨਾ ਕਰਨ। ਸੋ ਜੀ ਮਸਲਾ ਹੈ ਕੁਝ ਬੱਚਿਆਂ ਦਾ ਜਾਣੀ ਕਿ 18 ਸਾਲ ਤੋਂ ਘੱਟ ਬੱਚੇ ਸੜਕ 'ਤੇ ਜੋ ਸਟੰਟਸ ਨੇ ਉਹ ਪਰਫੋਰਮ ਕਰਦੇ ਨੇ ਇੱਕ ਵਾਹੀਕਲ ਦੇ ਉੱਤੇ ਚਾਰ ਪੰਜ ਬੱਚੇ ਖਤਰਨਾਕ ਢੰਗ ਦੇ ਨਾਲ ਉਸਨੂੰ ਚਲਾਉਂਦੇ ਨੇ ਕਿਸੇ ਦੁਰਘਟਨਾ ਦਾ ਸਬੱਬ ਬਣ ਸਕਦੇ ਸੀ ਸੋ ਸੰਬੰਧਿਤ ਸਕੂਲ ਦੇ ਕੋਲ ਆਇਆ ਕਿਉਂਕਿ ਸਕੂਲ ਵਰਦੀ ਦੇ ਵਿੱਚ ਸੀ ਹਾਲਾਂਕਿ ਛੁੱਟੀ ਹੋ ਜਾਂਦੀ ਹੈ ਪਰ ਛੁੱਟੀ ਤੋਂ ਬਾਅਦ ਦੀ ਇਹ ਗੱਲ ਹੈ ਪਰ ਗੱਲ ਕਰਨ ਆਇਆ ਕਿਉਂਕਿ ਸਮਝਾਉਣ ਦੇ ਲਈ ਸਭ ਤੋਂ ਜਿਹੜਾ ਪਹਿਲਾ ਅਦਾਰਾ ਹੈ ਉਹ ਸਕੂਲ ਹੀ ਹੋ ਸਕਦਾ ਹੈ ਸੋ ਗੱਲਬਾਤ ਕਰਾਂਗੇ ਸਕੂਲ ਦੇ ਮੁਖੀ ਪ੍ਰਿੰਸੀਪਲ ਮੈਮ ਦੇ ਨਾਲ ਅਤੇ ਪੁੱਛਾਂਗੇ ਕਿ ਇਸ ਮਸਲੇ ਦਾ ਕੀ ਹੱਲ ਹੋ ਸਕਦਾ ਜੀ। ਬੱਚੇ ਤੁਸੀਂ ਵੀਡੀਓ ਦੇਖੀ ਹੈ ਕਿ ਬੜੇ ਖਤਰਨਾਕ ਸਟੰਟ ਪਰਫੋਰਮ ਕਰ ਰਹੇ ਸੀ। ਹਾਂਜੀ ਇਸ ਤਰ੍ਹਾਂ ਵਾ ਕਿ ਜਿਹੜੇ ਬੱਚੇ ਬਾਹਰ ਸਕੂਲ ਟਾਈਮ ਤੋਂ ਬਾਅਦ ਸਟੰਟ ਕਰਦੇ ਨੇ ਉਹ ਤਾਂ ਵੇਖ ਉਹਨਾਂ ਦੀ ਅਸੀਂ ਉਹਨਾਂ ਨੂੰ ਫੋਲੋ ਨਹੀਂ ਕਰ ਸਕਦੇ ਦੇਖ ਨਹੀਂ ਸਕਦੇ ਬਟ ਇਹ ਹੈ ਵੀ ਜਿਹੜੇ ਬੱਚੇ 18 ਸਾਲ ਤੋਂ ਘੱਟ ਨੇ ਉਹਨਾਂ ਨੂੰ ਤਾਂ ਵੈਸੇ ਸਕੂਲ ਦੇ ਕੈਂਪਸ 'ਚ ਮੋਟਰਸਾਈਕਲ 'ਤੇ ਆਉਣਾ ਅਲਾਊਡ ਨਹੀਂ ਹੈ ਬਿਲਕੁਲ ਵੀ ਲੇਕਿਨ ਇਹ ਵੀ ਜਦੋਂ ਬੱਚੇ ਘਰੋਂ ਚੱਲਦੇ ਨੇ ਉਹਨਾਂ ਦੇ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਬੱਚੇ
किस तरह जा रहे ने, बाइक ते जा रहे ने, उन्हां लई खतरा हो सकता है। लेकिन फिर भी उहदे बावजूद भी बच्चों नूं जां उहनां दे पेरेंट्स नूं मैं स्कूल बुलावांगी, उहनां दे काउंसलिंग करांगी और मैं उन्होंने समझावांगी ताकि फ्यूचर जी घटना ना हो। बाकी विद्यार्थियों नूं भी समझाया जाऊगा जां सिर्फ इन्हां बच्चों तक ही काउंसलिंग सीमित रखी जाऊगी? सारे बच्चों नूं स्कूल दियां नूं समझाया जाऊगा और डे टू डे असीं समझाउंदे आ। लेकिन फिर भी बच्चे जो छुट्टी हो जाती है वह बाहर जाके की करते हैं ये बारे सा थोड़ा जहाँ फॉलो करना मुश्किल होंगे, पर असी डे टू डे सारे बच्चों अगे तो रोज़ इन्हों की इस मसले काउंसलिंग करा। जी जी थैंक यू। सो ये सन प्रिंसीपल मैम जिन्होंने कहा कि बच्चों सिर्फ तो सिर्फ समझाया जा सकता है तो उन्होंने जो मापे ने उन्हें गलबात की जा सकती है ही इस मसले का हल हो सकता है। गल सिर्फ इस इलाके की नहीं है, इन्ह बच्चों की नहीं है, गिनती के बच्चों की नहीं है, पंजाब दे विच बहुत सारे बच्चे इदा ही करते हैं। सोशल मीडिया से इंटरनेट पर पता नहीं केड़ियां केड़ियां वीडियोज़ देख के उन्हों तो इंस्पायर हो जाते हैं तो अजिहे स्टंट परफॉर्म करते हैं जो कि ना सिर्फ उन्हों की जान नुकसान पहुँचा सकते हैं सगों किसी होर की जान भी नुकसान पहुँचा सकते हैं। तो कित ना कि इतने मापिया की भी जिम्मेवारी बनती है कि बच्चों सोशल मीडिया चलाने की जो शक्ति दिती है तो थोड़ी बहुती सोच तो समझ भी देन किहड़े काम करने चाहिए तो किहड़े नहीं करने चाहिए। सो कैमरामैन मुकेश के नाल मैं प्रदीप धीमान वॉइस ऑफ पंजाब टीवी दे लई।